ਸੋ ਫਰੈਂਡਸ ਮੇਰੇ YouTube ਚੈਨਲ ਲੈਸ டு ਇਟ ਤੇ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਚੰਦਰਪਾਲ ਤੁਸੀਂ ਸਕਰੀਨ ਉੱਤੇ ਵੇਖ ਰਹੇ ਹੋ DLD ETT 2020 Y ਐਡਮਿਸ਼ਨ ਦੇ ਰਿਗਾਰਡਿੰਗ ਇੱਕ ਮੈਂ ਫੁੱਲ ਇਨਫੋਰਮੇਸ਼ਨ ਵਾਲਾ ਇੱਕ ਪੂਰਾ ਜਿਹੜੀ SCERT ਦੀ ਨਵੀਂ ਗਾਈਡਲਾਈਨਸ ਆਈ ਸੀ ਉਸ ਦੇ ਅਨੁਸਾਰ ਇੱਕ ਵੀਡੀਓ ਬਣਾਇਆ ਹੋਇਆ ਹੈ ਉਸ ਦੇ ਵਿੱਚ ਮੈਂ ਦੱਸਿਆ ਸੀ ਕਿ ETT ਦੇ ਵਿੱਚ 8th ਕੀ ਕੁਆਲੀਫਿਕੇਸ਼ਨ ਹੈ ਉਸ ਦੇ ਵਿੱਚ ਚੇਂਜ ਕੀਤਾ ਗਿਆ ਹੈ ਤੇ ਉਹ ਚੇਂਜ ਕਰ ਦਿੱਤਾ ਗਿਆ ਹੈ ਕਿਉਂਕਿ ਐਡਮਿਸ਼ਨ ਦੇ ਜਿਹੜੇ ਫਾਰਮ ਹੈ ਉਹ ਨਿਕਲ ਚੁੱਕੇ ਨੇ IDD ਦਾ ਜਿਹੜਾ ਐਡਮਿਸ਼ਨ ਦਾ ਪ੍ਰੋਸੈਸ ਹੈ ਉਹ ਸਟਾਰਟ ਹੋ ਗਿਆ ਹੈ ਉਸ ਦੇ ਰਿਗਾਰਡਿੰਗ ਅੱਜ ਨਿਊਜ਼ਪੇਪਰ ਦੇ ਵਿੱਚ ਵੀ ਉਹ ਜਿਹੜੀ ਐਡਵਰਟਾਈਜ਼ਮੈਂਟ ਹੈ ਉਹ ਆ ਚੁੱਕੀ ਹੈ ਤੇ ਇੱਕ ਦੋ ਦਿਨਾਂ ਵਿੱਚ ਸਾਈਟ ਉੱਤੇ ਵੀ ਜਿਹੜੇ ਫਾਰਮ ਫਿਲਿੰਗ ਹੈ ਉਹ ਸਟਾਰਟ ਹੋ ਜਾਏਗੀ ਤੇ ਉਸ ਦੇ ਵਿੱਚ ਜਿਹੜੀ ਯੋਗਤਾ ਹੈ ਉਹ ਦੱਸ ਦਿੱਤੀ ਗਈ ਹੈ ਜੀ ਆਪਣੀ ਗ੍ਰੈਜੂਏਸ਼ਨ ਰਹਿਣੀ ਹੈ ਇਸ ਤੋਂ ਇਲਾਵਾ ਜਿਹੜਾ ਇਹ ਮੇਰਾ ਵੀਡੀਓ ਬਣਾਇਆ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਇਸ ਤੋਂ ਇਲਾਵਾ ਤੁਹਾਨੂੰ ਆਈ ਬਟਨ ਉੱਤੇ ਵੀ ਮਿਲ ਜਾਏਗਾ ਤੇ ਜਿਵੇਂ ਇਹ ਵੀਡੀਓ ਖਤਮ ਹੋਏਗਾ ਉਸ ਤੋਂ ਬਾਅਦ ਇਹ ਵੀਡੀਓ ਮਿਲ ਜਾਏਗਾ ਤੁਸੀਂ ਇਸ ਵੀਡੀਓ ਨੂੰ ਇੱਕ ਵਾਰ ਪਲੀਜ਼ ਜ਼ਰੂਰ ਵਾਚ ਕਰ ਲੈਣਾ ਤੇ ਉਸ ਤੋਂ ਬਾਅਦ ਹੀ ETT ਦਾ ਜਿਹੜਾ ਫਾਰਮ ਪ੍ਰੋਸੈਸ ਹੈ ਉਸ ਨੂੰ ਤੁਸੀਂ ਫੋਲੋ ਕਰਨਾ ਹੈ ਅੱਜ ਜਿਹੜਾ ਆਇਆ ਹੈ ਉਸ ਦੇ ਰਿਗਾਰਡਿੰਗ ਮੈਂ ਤੁਹਾਨੂੰ ਦੱਸ ਦਿੰਦਾ ਇਹ ਜਿਹੜੀ SCERT ਦੇ ਵੱਲੋਂ ਇੱਕ ਨੋਟਿਸ ਆਇਆ ਹੈ ਜੀ ਪੇਪਰ ਦੇ ਵਿੱਚ ਸਟੇਟ ਕਾਉਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਜਿਸ ਨੂੰ ਆਪਾਂ SCERT ਦੇ ਨਾਂ ਤੋਂ ਜਾਣਦੇ ਹਾਂ ਉਸ ਦੇ ਵੱਲੋਂ ਐਡਮਿਸ਼ਨ ਨੋਟਿਸ ਫॉर ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ DLET ਜਿਹੜਾ ਪੰਜਾਬ ਦੇ ਵਿੱਚ ETT ਦੇ ਨਾਂ ਤੋਂ ਜਾਣਿਆ ਜਾਂਦਾ ਹੈ ਉਸ ਦੇ ਰਿਗਾਰਡਿੰਗ ਇਹ process ਸਟਾਰਟ ਕਰਨ ਦਾ ਇਹ ਨੋਟਿਸ ਹੈ ਜੀ ਉਸ ਦੇ ਵਿੱਚ ਕੀ ਲਿਖਿਆ ਆਨਲਾਈਨ ਐਪਲੀਕੇਸ਼ਨ ਆਰ ਇਨਵਾਈਟ ਫੋਰ ਜੁਆਇੰਟ DLD ਐਡਮਿਸ਼ਨ ਡਿਪਲੋਮਾ ਇਨ ਐਲੀਮੈਂਟਰੀ এডੂਕੇਸ਼ਨ 2 ਇਅਰ ਕੋਰਸ ਐਟ ਸਟੇਟ ਕਾਉਂਸਲ ਆਫ এডੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਸੈਕਟਰ 32 ਯੂਟੀ ਚੰਡੀਗੜ੍ਹ ਐਂਡ ਬ੍ਰਹਮਰੀਸੀ ਯੋਗਾ ਟ੍ਰੇਨਿੰਗ ਕਾਲਜ BYCET ਸੈਕਟਰ 19 ਯੂਟੀ ਚੰਡੀਗੜ੍ਹ ਇਹਨਾਂ ਦੇ ਜਿਹੜੇ ਦਿੱਤੇ ਹੋਏ ਨੇ 2021 ਜੀ ਮੈਂ ਇਹ ਨਾਲੇ ਲਿਖਿਆ ਹੈ ਕਿ ਪੋਰਟਲ ਏ ਓਪਨ ਹੋ ਜਾਏਗਾ ਦਾ ਔਨਲਾਈਨ ਐਡਮਿਸ਼ਨ ਦਾ ਜਿਹੜਾ ਪੋਰਟਲ ਹੈ www.dhe.csd ਤੇ ਤੁਸੀਂ ਜਾ ਕੇ SCART ਦੇ ਵਿੱਚ ਤੁਸੀਂ ਆ ਆਪਣਾ ਫਿਲ ਅਪ ਕਰ ਸਕਦੇ ਹੋ ਇਹ ਤੁਹਾਨੂੰ ਇਹ ਵੀ ਮੈਂ ਦੱਸ ਦਿਆਂਗਾ ਕਿਸ ਤਰੀਕੇ ਦੇ ਨਾਲ ਤੁਸੀਂ ਫਿਲ ਅਪ ਕਰਨਾ ਹੈ ਕਿ ਉੱਥੇ ਨੋਟੀਫਿਕੇਸ਼ਨ ਆ ਰਿਹਾ ਹੈ ਹਾਲੇ ਤੱਕ ਜਿਹੜੀ ਔਨਲਾਈਨ ਪ੍ਰੋਸੈਸ ਹੈ ਉਹ ਸਟਾਰਟ ਨਹੀਂ ਹੋਇਆ ਇਲੀਜੀਬਿਲਟੀ ਦਾ ਉਸ ਦੇ ਵਿੱਚ ਮੈਂ ਪੂਰਾ ਦੱਸਿਆ ਜੀ ਇਹ ਇਲੀਜੀਬਿਲਟੀ ਫੇਰ ਵੀ ਕਿਸੇ ਨੂੰ ਡਾਊਟ ਹੈ ਤਾਂ ਵੇਖ ਸਕਦਾ ਹੈ ਇਲੀਜੀਬਿਲਟੀ ਇਸ ਵਾਰ ਦੈਟ ਦ ਕੈਂਡੀਡੇਟ ਸ਼ੁੱਡ ਹੈ ਪਾਸ ਬੈਚਲਰ ਡਿਗਰੀ ਜਿਸ ਦੇ ਜਿਸ ਦੇ ਵਿੱਚ ਹੈ ਜੀ ਬੀਏ ਬੀਐਸਸੀ ਬੀਕੋਮ ਔਰ ਇਕਵਿਵੈਲੈਂਟ ਬੈਚਲਰ ਡਿਗਰੀ ਇਸ ਦੇ ਵਿੱਚ ਕਈਆਂ ਦਾ ਕੁਐਸਚਨ ਆ ਰਿਹਾ ਸੀ ਕਿ ਜੀ ਸਾਰੀ ਬੀਸੀਏ ਕੀਤੀ ਹੋਈ ਹੈ ਅਸੀਂ ਅਪਲਾਈ ਅਪਲਾਈ ਕਰ ਸਕਦੇ ਹਾਂ ਬੀਸੀਏ ਵਾਲਾ ਵੀ ਅਪਲਾਈ ਕਰ ਸਕਦੇ ਹੈ ਜੀ ਤੇ ਪਰਸੈਂਟੇਜ ਦਾ ਕੁਐਸਚਨ ਬੜਾ ਆ ਰਿਹਾ ਸੀ ਪਰਸੈਂਟੇਜ ਜੀ ਜਰਨਲ ਦੇ ਜਰਨਲ ਤੇ ਬੀਸੀ ਦੇ ਲਈ ਹੈ ਉਹ 50% ਉਹਨਾਂ ਨੇ ਕਿਹਾ ਹੈ ਤੇ ਜਿਹੜਾ 5% ਰਿਲੇਕਸ਼ਨ ਦਿੱਤੀ ਗਈ ਹੈ ਜੀ ਜਿਹੜੀ ਆ 5% ਰਿਲੇਕਸ਼ਨ ਜਿਹੜੀ ਐਸਸੀ ਤੇ ਐਸਟੀ ਨੂੰ ਦਿੱਤੀ ਗਈ ਹੈ ਆਈ ਥਿੰਕ ਜਿਹੜਾ ਇਹਨਾਂ ਨੇ ਪਹਿਲਾਂ ਨੋਟੀਫਿਕੇਸ਼ਨ ਕੱਢਿਆ ਸੀ ਜਿਸ ਦੇ ਉੱਤੇ ਮੈਂ ਵੀਡੀਓ ਬਣਾਇਆ ਉਸ ਦੇ ਵਿੱਚ ਇਹਨਾਂ ਨੇ ਮੇਬੀ 55 ਦਿੱਤਾ ਹੋਇਆ ਸੀ ਤੁਸੀਂ ਇੱਕ ਵਾਰ ਚੈੱਕ ਜ਼ਰੂਰ ਕਰ ਲੈਣਾ ਇੱਥੇ ਹੁਣ ਇਹਨਾਂ ਨੇ 50% ਕਰ ਦਿੱਤਾ ਹੈ ਦਾ ਪ੍ਰੋਸਪੈਕਟ ਐਂਡ ਐਪਲੀਕੇਸ਼ਨ ਫਾਰ ਅਵੇਲੇਬਲ ਐਟ ਦਾ ਲਿੰਕ ਇਸ ਦੇ ਉੱਤੇ ਜਾ ਕੇ ਤੁਸੀਂ ਪ੍ਰੋਸਪੈਕਟ ਤੇ ਜਿਹੜਾ ਇਹਨਾਂ ਦਾ ਲਿੰਕ ਹੈ ਕਿਉਂਕਿ ਆਨਲਾਈਨ ਹੀ ਸਾਰਾ ਕੁਝ ਤੁਸੀਂ ਅਪਲਾਈ ਕਰਨਾ ਹੋਏਗਾ ਮੋਸਟ ਇੰਪੋਰਟੈਂਟ ਡੇਟਸ ਤੁਸੀਂ ਧਿਆਨ ਰੱਖਣੀ ਹੈ ਡੇਟ ਜ ਕੱਲ 31 8 2020 ਤੋਂ ਜਿਹੜੇ ਫਾਰਮ ਦੀ ਫੀਲਿੰਗ ਹੈ ਉਹ ਸਟਾਰਟ ਹੋ ਜਾਏਗੀ ਆਨਲਾਈਨ process ਸਟਾਰਟ ਹੋ ਜਾਏਗਾ ਤੇ ਲਾਸਟ ਡੇਟ ਹੈ ਜੀ ਇਹਨਾਂ ਦੀ 29 2020 ਹਮੇਸ਼ਾ ਇਹਨਾਂ ਦੀ ਫੀਸ ਜਿਹੜੀ ਆਨਲਾਈਨ ਫੀਸ ਰਹਿੰਦੀ ਹੈ ਜੀ ਉਹ 600 ਰੁਪਏ ਰਹਿੰਦੀ ਹੈ ਹੋ ਸਕਦਾ ਹੈ ਥੋੜਾ ਬਹੁਤ ਚੇਂਜ ਕਰ ਦਿੱਤਾ ਗਿਆ ਹੋਵੇ ਕੋਈ ਚਾਰजेस ਵਗੈਰਾ ਲੱਗੇ ਹੋਣ ਤੁਸੀਂ ਜਾ ਕੇ ਸਾਰਾ ਕੁਝ process ਵੇਖ ਸਕਦੇ ਹੋ ਇੱਕ ਵਾਰ ਮੈਂ ਤੁਹਾਨੂੰ SPJ ਉੱਤੇ ਲੌਗਇਨ ਕਰਕੇ ਜਿਹੜਾ ਇਹ ਪੇਜ ਹੈ ਉਸ ਉੱਤੇ ਦਿਖਾ ਦਿੰਦਾ ਕੀ ਨੋਟੀਫਿਕੇਸ਼ਨ ਹੈ ਉਸ ਉੱਤੇ ਵੀ ਤੁਹਾਨੂੰ ਇਹ ਨੋਟੀਫਿਕੇਸ਼ਨ ਮਿਲ ਜਾਏਗਾ ਫੇਰ ਵੀ ਜੇਕਰ ਤੁਹਾਨੂੰ ਕੋਈ ਡਾਊਟ ਰਹਿੰਦਾ ਹੈ ਤੁਸੀਂ ਕਿਸੇ ਵੀ ਵੀਡੀਓ ਉੱਤੇ ਇਸ ਵੀਡੀਓ ਉੱਤੇ ਜਾਂ ਕੋਈ ਵੀ ਵੀਡੀਓ ਉੱਤੇ ਈਟੀਟੀ ਦੇ ਰਿਗਾਰਡਿੰਗ ਕਮੈਂਟ ਕਰ ਸਕਦੇ ਹੋ ਇਸ ਤੋਂ ਇਲਾਵਾ ਬੀਅਰਡ ਤੇ ਈਟੀਟੀ ਦੇ ਵਿੱਚੋਂ ਤੁਸੀਂ ਕਿਹੜਾ ਕੋਰਸ ਕਰਨਾ ਹੈ ਉਸ ਦੇ ਰਿਗਾਰਡਿੰਗ ਵੀ ਇੱਕ ਪੂਰਾ ਮੈਂ ਵੀਡੀਓ ਬਣਾਇਆ ਹੈ ਤੁਸੀਂ ਇੱਕ ਵਾਰ ਐਡਮਿਸ਼ਨ ਲੈਣ ਤੋਂ ਪਹਿਲਾਂ ਉਹ ਵੀ ਵੀਡੀਓ ਜ਼ਰੂਰ ਵਾਚ ਆਊਟ ਕਰ ਲੈਣਾ ਤੇ ਇਸ ਤੋਂ ਇਲਾਵਾ ਜੋ ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ ਤੁਸੀਂ ਮੇਰਾ ਈਮੇਲ ਐਡਰੈਸ ਦਿੱਤਾ ਹੋਇਆ ਇਸ ਤੋਂ ਇਲਾਵਾ ਟੈਲੀਗ੍ਰam ਗਰੁੱਪ ਹੈ ਉਸ ਦੇ ਵਿੱਚ ਤੁਸੀਂ ਜੁਆਇਨ ਕਰਕੇ ਆਪਣਾ ਮੈਸੇਜ ਸੱਟ ਸਕਦੇ ਹੋ ਠੀਕ ਹੈ ਜੀ ਤਾਂ ਮੈਂ ਲੌਗ ਇਨ ਕਰਕੇ ਇੱਕ ਵਾਰ ਤੁਹਾਨੂੰ ਦਿਖਾ ਦਿੰਦਾ ਕਿ ਇਨਫੋਰਮੇਸ਼ਨ ਉੱਤੇ ਸ਼ੋ ਹੋ ਰਹੀ ਹੈ ਇਹ ਤੁਸੀਂ Google Chrome ਦੇ ਵਿੱਚ ਜਾ ਕੇ ਜਦੋਂ ਫਿਲ ਕਰੋਗੇ ਜੀ www.dhe.chandigarh.chd.gov.scert ਤਾਂ ਇਸ ਤਰੀਕੇ ਦਾ ਓਪਨ ਹੋ ਜਾਏਗਾ ਜੀ ਸਟੇਟ ਕਾਉਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਡੀਐਲਐਡ ਐਪਲੀਕੇਸ਼ਨ ਜੁਆਇੰਟ ਐਡਮਿਸ਼ਨ ਜਿਹੜਾ ਡੀਐਲਐਡ ਹੈ ਜੀ ਉਸ ਦੇ ਰਿਕਾਰਡਿੰਗ ਇਸ ਦੇ ਵਿੱਚ ਤੁਸੀਂ ਕੁਝ ਨਹੀਂ ਕਰਨਾ ਕਲਿੱਕ ਹੀਅਰ ਟੂ ਅਪਲਾਈ ਫਾਰ ਆਨਲਾਈਨ ਦੇ ਉੱਤੇ ਜਾਣਾ ਹੈ ਜਾਣ ਤੋਂ ਬਾਅਦ ਤੁਸੀਂ ਜਾ ਕੇ ਉੱਥੇ ਅਪਲਾਈ ਕਰ ਸਕਦੇ ਹੋ ਇਹ ਸਾਰਾ ਡਾਟਾ ਡਿਟਾ ਰਜਿਸਟ੍ਰੇਟ এডਿਕੇਸ਼ਨ ਐਂਡ ਟ੍ਰੇਨਿੰਗ ਸੈਕਟਰ ਤੇ ਇਹ ਉਹਨਾਂ ਦਾ ਇੰਪੋਰਟੈਂਟ ਜਿਹੜੀ ਡੇਟ ਹੋਈ ਹੈ ਡੇਟ ਹੈ ਉਹ ਦਿੱਤੀ ਹੋਈ ਹੈ 31/8/2020 ਤੇ 20/9/2020 ਤੱਕ ਪੂਰੀ ਇਨਫੋਰਮੇਸ਼ਨ ਹੈ ਦਿੱਤੀ ਹੋਈ ਹੈ ਐਸੇ ਪ੍ਰੋਸਪੈਕਟ ਤੇ ਜਾ ਕੇ ਤੁਸੀਂ ਪ੍ਰੋਸਪੈਕਟ ਵੇਖ ਸਕਦੇ ਹੋ ਜੀ ਉਸ ਦੇ ਵਿੱਚ ਪੂਰੀ ਇਨਫੋਰਮੇਸ਼ਨ ਜੋ ਦਿੱਤੀ ਹੁੰਦੀ ਹੈ ਉਹ ਸਾਰਾ ਕੁਝ ਇਸ ਇੱਥੇ ਮਿਲ ਜਾਣਾ ਜੀ ਤੁਸੀਂ ਡਾਊਨਲੋਡ ਕਰਕੇ ਦੇਖ ਲੈਣਾ ਇਹ ਆਈ ਥਿੰਕ ਮੈਂ ਤੁਹਾਨੂੰ ਇਹ ਸਾਰੀ ਡਿਟੇਲ ਦੇ ਵੀ ਦਿਆਂਗਾ ਤੁਸੀਂ ਸਾਰਾ ਕੁਝ ਜਾ ਕੇ ਇਹ ਵੇਖ ਵੀ ਲੈਣਾ ਜੀ ਇੱਥੇ ਤੁਹਾਨੂੰ ਮਿਲ ਵੀ ਜਾਣਾ ਤੁਸੀਂ ਡਾਊਨਲੋਡ ਦੇ ਵਿੱਚ ਜਾਓਗੇ ਤਾਂ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਤੁਹਾਨੂੰ ਮਿਲ ਜਾਏਗੀ ਤੇ ਤੁਸੀਂ ਕੁਝ ਨਹੀਂ ਕਰਨਾ ਬਸ ਇਹਨਾਂ ਨੂੰ ਜਿਹੜੀ ਬੇਸਿਕ ਇਨਫੋਰਮੇਸ਼ਨ ਹੈ ਇਹ ਦਿੱਤੀ ਹੋਈ ਹੈ ਜੀ ਇਹ ਸਾਰਾ ਕੁਝ ਤੁਸੀਂ ਵੇਖ ਸਕਦੇ ਹੋ ਇਸ ਦੇ ਵਿੱਚ ਜੁਆਇੰਟ ਡੀਐਲਐਡ ਐਡਮਿਸ਼ਨ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ 2 ਇਅਰ ਕੋਰਸ ਦਾ ਜਿਹੜੀ ਗ੍ਰੈਜੂਏਸ਼ਨ ਪ੍ਰੋਸਪੈਕਟ ਇਹ ਪ੍ਰੋਸਪੈਕਟ ਹੈ ਜੀ ਸਭ ਕੁਝ ਇਸ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਹੋਈ ਹੈ ਤੁਸੀਂ ਕਿਸ ਤਰੀਕੇ ਦੇ ਨਾਲ ਅਪਲਾਈ ਵਗੈਰਾ ਕਰ ਸਕਦੇ ਹੋ ਇਸ ਦੇ ਲਈ ਇੱਕ ਹੋਰ ਮੈਂ ਵੱਖਰਾ ਵੀਡੀਓ ਇਸ ਤੋਂ ਬਾਅਦ ਬਣਾ ਦੇਵਾਂਗਾ ਲਾਸਟ ਡੇਟ ਸਬਮਿਸ਼ਨ ਆਫ ਅਪਲੀਕੇਸ਼ਨ ਫੋਰ ਪਲੀਜ਼ ਚੈੱਕ ਓਨ ਦਾ ਆਨਲਾਈਨ ਇਸ ਤਰੀਕੇ ਦੇ ਨਾਲ ਤੁਸੀਂ ਸਾਰਾ ਇਹ ਸਾਰਾ ਕੁਝ ਹੈ ਜੀ ਕੁਆਲੀਫਿਕੇਸ਼ਨ ਦਿੱਤੀ ਹੋਈ ਹੈ ਕਿਸ ਤਰੀਕੇ ਦੇ ਨਾਲ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਕੀ ਦਵਾਈ ਵੇਟੇਜ ਰਹੇਗੀ ਕਿਸ ਤਰੀਕੇ ਸਭ ਕੁਝ ਇਸ ਦੇ ਵਿੱਚ ਦਿੱਤਾ ਹੋਇਆ ਹੈ ਥੋੜਾ ਜਿਹਾ ਮੈਂ ਕਰ ਦਿੰਦਾ ਹਾਂ ਜੀ ਤੁਹਾਨੂੰ ਕਿ ਡਾਊਟ ਨਾ ਰਹੇ ਕਿਸ ਤਰੀਕੇ ਦੇ ਨਾਲ ਸਾਰਾ ਕੁਛ ਇਸ ਦੇ ਵੀ ਜਿਹੜੇ ਕੁਆਲੀਫਿਕੇਸ਼ਨ ਦੇ ਵਿੱਚ ਹੈ ਤੁਸੀਂ ਵੇਖ ਸਕਦੇ ਹੋ ਕਈਆਂ ਨੂੰ ਡਾਊਟ ਬੜਾ ਹੈ ਜੀ ਦਾ ਕੈਂਡੀਡੇਟ ਸ਼ੁੱਡ ਹੈਵ ਇਹ ਲਿਖਾ ਹੈ ਜੀ ਬੀਏ ਬੀਐਸਸੀ ਇਕੁਇਲੈਂਟ ਡਿਗਰੀ ਮਿਨੀਮਮ ਪਰਸੈਂਟੇਜ ਹੋ ਮਾ 50% 11 4.99 40 4.9 will be not round off 50 ਵਿੱਚ ਨਹੀਂ ਕਰਨਾ ਤੁਸੀਂ ਇਹ ਵੀ ਇੱਕ ਗੱਲ ਦਾ ਧਿਆਨ ਰੱਖਣਾ ਹੈ देयर इज नो एज ਲਿਮਿਟ ਫਾਰ ਡੀਐਲਐਡ ਕੋਰਸ ਇਹ ਇੱਥੇ ਬਹੁਤ ਇੰਪੋਰਟੈਂਟ ਗੱਲ ਹੈ ਜੀ ਕੋਈ ਏਜ ਲਿਮਿਟ ਨਾ ਨੀਕਿਆ ਨਹੀਂ ਹੈ ਤੁਸੀਂ ਜਿੰਨੀ ਮਰਜ਼ੀ ਉਮਰ ਰੱਖਦੇ ਹੋ ਉਸ ਹਿਸਾਬ ਨਾਲ ਰਹੇਗਾ 85 ਅਦਾ ਜਿਹੜਾ ਇਹ ਰੇਸ਼ੋ ਰਹਿੰਦਾ ਹੈ ਉਸ ਹਿਸਾਬ ਨਾਲ ਹੈ ਜੀ ਸਾਰਾ ਕੁਝ ਇਹ ਸਾਰੀ ਗੱਲਾਂ ਤੁਸੀਂ ਕਲੀਅਰ ਕਰ ਸਕਦੇ ਹੋ ਇਸ ਦੇ ਰਿਗਾਰਡਿੰਗ ਇੱਕ ਹੋਰ ਵੀਡੀਓ ਬਣਾਉਂਦੇ ਹਾਂ ਤੁਸੀਂ ਉਸ ਨੂੰ ਵੇਖ ਲੈਣਾ ਪੂਰਾ ਜੀ ਇਹ ਜਿਹੜਾ ਨੋਨ ਯੂਟੀ ਪੋਲ ਦਾ ਸਾਰਾ ਸਿਸਟਮ ਹੈ ਜੀ ਇਸ ਦੇ ਵਿੱਚ ਇਸ ਤਰੀਕੇ ਦੇ ਨਾਲ ਸੀਟਾਂ ਦਾ ਜਿਹੜਾ ਵੰਡਣ ਵੰਡੀ ਹੋਈ ਹੈ ਉਹ ਇਸ ਤਰੀਕੇ ਦੇ ਨਾਲ ਜਿਹੜੀ ਸ਼ਡਿਊਲ ਕਾਸ ਦੀ ਕਿੰਨੀ ਹੋਣਗੀਆਂ ਤੇ ਫ੍ਰੀडम फाइਟਰ ਦੀ ਹੈਂਡੀਕੈਪ ਦੀ ਕਿੰਨੀ ਪੋਸਟ ਹੋਣਗੀਆਂ ਜੀ ਟੋਟਲ ਸੈਂਸ਼ਨ ਪੋਸਟ 100 ਦੇ ਵਿੱਚੋਂ ਕਿੰਨੀ ਪੋਸਟ ਹੈ ਜਿਹੜੀ ਹੁੰਦੀ ਹੈ ਇਸ ਤੋਂ ਇਲਾਵਾ ਇਹ ਜਿਹੜੇ ਅਲੱਗ-ਅਲੱਗ ਕਾਲਜ ਜਿਹੜਾ ਰਿਜੂਰੇਸ਼ਨ ਕਰਾਈਟੇਰੀਆ ਹੋ ਵੰਡਿਆ ਹੋਇਆ ਜੀ ਇਸ ਤੋਂ ਇਲਾਵਾ ਚਿਲड्रन ਜਿਹੜਾ ਗ੍ਰੈਂਡ ਚਿਲड्रनਸ ਸੀਟਸ ਵਗੈਰਾ ਜਿਸ ਤਰੀਕੇ ਦੇ ਨਾਲ ਸਪੋਰਟਸ ਦੀ ਸਭ ਕੁਝ ਇਸ ਦੇ ਵਿੱਚ ਦਿੱਤਾ ਹੋਇਆ ਜੀ ਇਸ ਇਹ ਸਭ ਕੁਝ ਹੈ ਜੀ ਗ੍ਰੈਜੂਏਸ਼ਨ ਸਰਟੀਫਿਕੇਟ ਵੇਟੇਜ ਐਨਐਸਐਸ ਦੇ ਵਿੱਚ ਜੇਕਰ ਤੁਸੀਂ ਰੱਖਿਆ ਹੋਇਆ ਤਾਂ ਐਨਐਸਐਸ ਦਾ ਕੀ ਹੋਏਗਾ ਐਡਮਿਸ਼ਨ ਪ੍ਰੋਸੀਜਰ ਫੀਸ ਜਨਰਲ ਔਰ 100 ਰੁਪੀ ਇੱਥੇ ਇਹ ਥੋੜੀ ਜੀ ਗਲ ਠੀਕ ਲੱਗੀ ਹੈ ਜੀ ਕਿ ਫੀਸ ਇਸ ਬਾਰ ਉਹਨਾਂ ਨੇ ਕੱਟ ਕਰ ਦਿੱਤੀ ਹੈ 200 ਰੁਪਏ ਫੀਸ ਹੈ ਜੀ ਤੇ 100 ਰੁਪਏ ਐਸ ਸੀ ਐਸ ٹی ਦੀ ਹੈ ਕੈਂਡੀਡੇਟ ਆਰ ਐਡਵਾਈਸ ਟੂ ਫਿਲ ਦਾ ਆਨਲਾਈਨ ਅਪਲੀਕੇਸ਼ਨ ਫਾਰਮ ਕੇਅਰਫੁਲੀ ਕੈਂਡੀਡੇਟ ਸ਼ੁੱਡ ਫਿਲ ਅਪ ਦਾ ਅਪਲੀਕੇਸ਼ਨ ਫਾਰਮ ਐਸ ਪਰ ਦਾ ਇਨਸਟਰਕਸ਼ਨ 기ਵਨ ਦੇ ਤੁਸੀਂ ਸਾਰਾ ਕੁਝ ਸਹੀ ਤਰੀਕੇ ਦੇ ਨਾਲ ਪੁਣਾ ਪਲੀਜ਼ ਫਿਲ ਅਪ ਦਾ ਪੂਲ ਐਂਡ ਗੈਟ ਅ ਕੇਅਰਫੁਲੀ ਆਪਣਾ ਪੂਲ ਹੈ ਜਿਹੜਾ ਤੁਸੀਂ ਕਿਸ ਪੂਲ ਤੋਂ ਯਾਨੀ ਯੂਟੀ ਤੋਂ ਬਿਲੋਂਗ ਕਰਦੇ ਹੋ ਇਹ ਪੂਰਾ ਧਿਆਨ ਨਾਲ ਰੱਖਣਾ ਹੈ ਜੀ ਤੇ ਸਰਟੀਫਿਕੇਟ ਇਸ਼ੂਡ ਨੇਮ ਆਫ ਪੇਰੈਂਟਸ ਵਿਲ ਨੋਟ ਵੈਲਿਡ ਇਹ ਕੈਟਾਗਰੀ ਜੀ ਜਿਹੜਾ ਪੂਰੀ ਹੋਇਆ ਜਿਵੇਂ ਤੁਹਾਡਾ BC ਦਾ ਹੈ ਜਾਂ ਤੁਸੀਂ ਹੋਰ ਕਿਸੇ ਕੈਟਾਗਰੀ ਤੋਂ ਬਿਲੋਂਗ ਕਰਦੇ ਹੋ ਤਾਂ ਇਹ ਤੁਹਾਡਾ ਖੁਦ ਦਾ ਹੋਣਾ ਚਾਹੀਦਾ ਹੈ ਸਕੈਨ ਫੋਟੋ ਹੋਣੀ ਚਾਹੀਦੀ ਹੈ ਜੀ ਟੈਸਟੀਮੋਨਲ ਫੋਟੋਗ੍ਰਾਫਸ ਹੋਣੀ ਚਾਹੀਦੀ ਹੈ ਵਨ ਸੈਟ ਆਫ ਸਕੈਨ origignal ਸਰਟੀਫਿਕੇਟ ਆਫ ਫੋਲੋਇੰਗ ਸ਼ੁੱਡ ਅਪਲੋਡ ਪੀਡੀਐਫ ਫਾਰਮ ਦੇ ਵਿੱਚ 200 KB ਦੇ ਵਿੱਚ ਇਹ ਸਾਰੀ ਚੀਜ਼ਾਂ ਜੇਕਰ ਤੁਹਾਡੇ ਕੋਲ ਹੈ ਤਾਂ ਤੁਸੀਂ ਪੀਡੀਐਫ ਫਾਰਮ ਦੇ ਵਿੱਚ ਇਹ ਅਪਲੋਡ ਕਰਨਾ ਹੈ ਜੀ ਜਿਵੇਂ 10ਵੀਂ ਦਾ ਸਰਟੀਫਿਕੇਟ ਕਰਨਾ ਹੋਏਗਾ DMCI ਵਗੈਰਾ ਕਰਨਾ ਹੈ ਕਰੈਕਟਰ ਸਰਟੀਫਿਕੇਟ ਸਭ ਕੁਝ ਇਸ ਤਰੀਕੇ ਦੇ ਵਿੱਚ ਸਾਰਾ ਇਹ ਡਿਟੇਲ ਹੋਏਗੀ ਜੀ ਤੁਹਾਡੀ ਇਹ ਸਭ ਕੁਝ ਹੈ ਜੀ ਪ੍ਰੋਸੈਸ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਬਾਕੀ ਇਸ ਉੱਤੇ ਮੈਂ ਹੁਣੇ ਵੀਡੀਓ ਬਣਾਉਂਦਾ ਹਾਂ ਤੁਹਾਨੂੰ ਪਤਾ ਚੱਲ ਜਾਏਗਾ ਜੇਕਰ ਫੇਰ ਵੀ ਤੁਹਾਨੂੰ ਕੋਈ ਡਾਊਟ ਰਹਿੰਦਾ ਹੈ ਤੁਸੀਂ ਕਮੈਂਟ ਕਰ ਦੇਣਾ ਜੀ ਨੈਕਸਟ ਵੀਡੀਓ ਇਸੇ ਉੱਤੇ ਬਣਾਉਂਦੇ ਹਾਂ ਠੀਕ ਹੈ ਬਾਕੀ ਲਾਈਵ ਹੋ ਕੇ ਤੁਹਾਡੇ ਨਾਲ ਕੁਐਸਚਨ ਆਨਸਰ ਹੋਣਗੇ ਉਹਨਾਂ ਦੇ ਜਵਾਬ ਦੇ ਦਿਆਂਗਾ ਮੈਂ ਤਾਂ ਤੁਸੀਂ ਧਿਆਨ ਰੱਖਣਾ ਜੀ ਇਹ ਤੁਹਾਡਾ ਹੁਣ ਪ੍ਰੋਸੈਸ ਸਟਾਰਟ ਹੋ ਗਿਆ ਹੈ DLD ਦੇ ਵਿੱਚ ਜੇਕਰ ਤੁਸੀਂ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਇਹ process ਤੁਹਾਡਾ ਜਿਹੜਾ ਹੈ ਹੁਣ ਸ਼ੁਰੂ ਹੋ ਗਿਆ ਜੀ। थैंक यू वेरी मच। ਵੀਡੀਓ ਕਿਦਾਂ ਲੱਗਿਆ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਨਾ ਜੀ ਤੇ DLD ETT ਦੇ ਰਿਕਾਰਡਿੰਗ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਕਮੈਂਟ ਕਰ ਦੇਣਾ ਤੇ ਨੈਕਸਟ ਵੀਡੀਓ ਹੁਣ ਇਸ ਤੋਂ ਬਾਅਦ ਪ੍ਰੀਪੇਅਰ ਕਰਕੇ ਅਪਲੋਡ ਕਰਦੇ ਹਾਂ ਕਿ ਇਸ ਦੇ ਵਿੱਚ ਪੂਰਾ process ਕੀ ਹੈ ਤੇ ਕੀ ਆਊਟਕਮਸ ਨਿਕਲ ਕੇ ਆਉਂਦੇ ਨੇ। थैंक यू वेरी मच।